ਮੋਗਾ ਦੀ ਮੰਡੀ ਦੇ ਵਿਚ ਅੱਜ ਕਰੀਬ 4 ਵਜੇ 249 ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਦਿੱਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੋਗਾ ਨਗਰ ਨਿਗਮ ਦੇ ਵੱਲੋਂ ਉਨ੍ਹਾਂ ਨੂੰ ਪੱਕੀਆਂ ਦੁਕਾਨਾਂ ਬਣਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਨਗਰ ਨਿਗਮ ਇਸ ਗੱਲ ਤੋਂ ਮੁੱਕਰ ਰਹੀ ਹੈ ਅਤੇ ਅੱਜ ਮੁਨਾਦੀ ਕਰਵਾ ਕੇ ਉਨ੍ਹਾਂ ਨੂੰ ਦੁਕਾਨਾਂ ਖਾਲੀ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ 24 ਘੰਟਿਆਂ ਦੇ ਅੰਦਰ ਜਗ੍ਹਾ ਖਾਲੀ ਨਹੀਂ ਕੀਤੀ ਗਈ ਤਾਂ ਨਗਰ ਨਿਗਮ ਕਾਰਵਾਈ ਕਰੇਗਾ ਅਤੇ ਜੋ ਉਸ ਕਾਰਵਾਈ ਦੇ ਵਿਚ ਖਰਚਾ ਹੋਵੇਗਾ ਉਹ ਵੀ ਦੁਕਾਨਦਾਰਾਂ ਨੂੰ ਹੀ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਦੁਕਾਨਦਾਰ ਇੱਥੇ ਆਪਣਾ ਕਾਰੋਬਾਰ ਕਰਦੇ ਆ ਰਹੇ ਨੇ। ਇਸ ਦੇ ਵਿਚ ਕੁਝ 84 ਦੇ ਪੀੜਤ ਵੀ ਨੇ ਅਤੇ ਜਿਨ੍ਹਾਂ ਨੂੰ ਸਰਕਾਰ ਨੇ ਇੱਥੇ ਆਪਣਾ ਰੋਜ਼ਗਾਰ ਕਰਨ ਦੇ ਲਈ ਜਗ੍ਹਾ ਦਿੱਤੀ ਸੀ। ਨਗਰ ਨਿਗਮ ਕੀ ਔਰ ਸੇ ਹਮੇ ਆਸ਼ਵਾਸਨ ਦਿਆ ਗਿਆ ਥਾ ਕਿ ਹਾਈ ਕੋਰਟ ਕਾ ਆਦੇਸ਼ ਹੈ, ਹਮਨੇ ਆਪਕੋ ਉਠਾਨਾ ਹੈ ਔਰ ਇਸਕੀ ਜਗ੍ਹਾ ਮੈਂ ਆਪ ਪੱਕੀ ਦੁਕਾਨੇ ਕੇ ਲਈ ਹਮ ਆਪਕੋ ਜਗ੍ਹਾ ਦੇ ਰਹੇ ਹੈ, ਸਥਾਨ ਦੇ ਰਹੇ ਹੈ। ਉਸਕੇ ਲਈ ਨਿਸ਼ਾਨ ਵੀ ਲਗਾ ਦੀਏ ਗਏ। ਪਿਛਲੇ 4-5 ਮਹੀਨੇ ਸੇ ਇਹ ਪ੍ਰਕਿਰਿਆ ਚੱਲ ਰਹੀ ਸੀ, ਪੇਪਰੋਂ ਮੇਂ ਵੀ ਆ ਰਹਾ ਥਾ ਅਭੀ 8 ਵਜੇ ਦੱਸ ਕੇ ਹਮ ਬੂਥ ਦੇਗੇ, ਸਭੀ ਕੋ ਹਮ ਰੋਜ਼ਗਾਰ ਦੇਂਗੇ, ਸਭੀ ਕੇ ਲੀਏ ਹਮ ਰੋਜ਼ਗਾਰ ਇੰਤਜ਼ਾਮ ਕਰ ਰਹੇ ਹੈ। ਅਚਾਨਕ ਆਜ ਫੈਸਲਾ ਲੈ ਲਿਆ ਵੀ ਕੱਲ੍ਹ ਕੋ ਆਪਣਾ ਜੋ ਹੈ ਯਹਾਂ ਸੇ ਉਠਾਓ ਔਰ ਘਰ ਕੋ ਜਾਓ। ਅਬ ਏਕ ਦਿਨ ਮੇਂ ਯੇ ਗਰੀਬ ਪਰਿਵਾਰ ਕਹਾਂ ਜਾਏ, ਯੇ ਇਤਨੇ ਗਰੀਬ ਪਰਿਵਾਰ ਹੈ, ਇਨਕਾ ਰੋਜ਼ਗਾਰ ਯਹਾਂ ਸੇ ਹੀ ਚਲਤਾ ਹੈ। ਨਹੀਂ ਯੇ ਹਾਈ ਕੋਰਟ ਕੀ ਰੂਲਿੰਗ ਆਈ ਆਪਕੇ ਪਾਸ? ਹਮਾਰੇ ਪਾਸ ਨਹੀਂ ਆਈ ਜੀ, ਨਗਰ ਨਿਗਮ ਕਾ ਆਦੇਸ਼ ਥਾ ਵੀ ਹਾਈ ਕੋਰਟ ਕੀ ਰੂਲਿੰਗ ਹੈ ਵੀ ਯਹਾਂ ਸੇ ਉਠਾ ਕੇ ਆਪਕੋ ਔਰ ਬਾਜ਼ਾਰ ਬਣਾ ਕੇ ਦੇਂਗੇ, ਪੱਕੀ 8x10 ਕਾ ਬੂਥ ਦੇਂਗੇ, ਵਹਾਂ ਆਪ ਪੱਕੀ ਦੁਕਾਨੇ ਬਣਾ ਕੇ ਵੇਟਰ ਵਗੈਰਾ ਲਗਾਓ ਔਰ ਆਪਣਾ ਕਾਰੋਬਾਰ ਕਰੋ। ਕਿਸਨੇ ਵਾਅਦਾ ਕੀਆ ਥਾ ਜੀ? ਯੇ ਵਾਅਦਾ ਨਗਰ ਨਿਗਮ ਕੇ ਸਾਡੇ ਜੋ ਮੇਅਰ ਸਾਹਿਬ ਹੈ ਉਹਨਾਂ ਨੇ ਕਿਹਾ ਥਾ, ਉਨਕੇ ਸਾਥ ਪ੍ਰਸ਼ਾਸਨ ਕੇ ਅਧਿਕਾਰੀ ਵੀ ਥੇ, ਉਹਨਾਂ ਨੇ ਵੀ ਕਿਹਾ ਥਾ ਵੀ ਆਪਕੋ ਜੇ ਦੇਂਗੇ ਔਰ ਰੋਜ਼ ਪੇਪਰੋਂ ਮੇਂ ਆ ਰਹਾ ਥਾ। ਅਭੀ ਆਪਕੋ ਕਿਤਨੇ ਸਮਾਂ ਦੀ ਆਇਆ ਉਹਨੇ? ਕਿਤੇ ਅਭੀ ਇੱਕ ਕੱਲ ਕਾ ਸਮਾਂ ਦੀ ਹੈ ਜੀ, ਕੱਲ 17 ਤਰੀਕ ਕੋ 6 ਵਜੇ ਆਪ ਉਠਾ ਲੀਜੀਏ, ਨਹੀਂ ਤਾਂ ਪਰਸੋਂ ਪ੍ਰਸ਼ਾਸਨ ਆਪਣੀ ਕਾਰਵਾਈ ਕਰੇਗਾ, ਉਸਕੇ ਜ਼ਿੰਮੇਦਾਰ ਤੋਂ ਮਾਫ ਹੋਵੇ। ਕਿਤਨੀ ਦੁਕਾਨੇ ਹੈ ਯਹਾਂ ਪਰ ਆਪਕੀ? ਯਹਾਂ ਪਰ ਟੋਟਲ ਜੋ ਹੈ 239 ਜੋ ਹੈ ਰੋਜ਼ਗਾਰ, ਜੋ ਰੋਜ਼ਗਾਰ ਕਰਨ ਵਾਲੇ ਹੈ, ਜੋ ਗਰੀਬ ਪਰਿਵਾਰ ਹੈ, 239 ਕੇ ਸਾਥ ਦੇਖੋ ਕਿਤਨੇ ਲੋਕ ਜੁੜੇ ਹੋਏ ਹੈ, ਹਜ਼ਾਰੋਂ ਲੋਕ ਜੁੜੇ ਹੈ ਜੋ ਯਹਾਂ ਸੇ ਆਪਣਾ ਰੋਜ਼ਗਾਰ ਚਲਾ ਰਹੇ ਔਰ ਖਾਣਾ ਖਾ ਰਹੇ। ਅਗਰ ਆਪਕੀ ਮੰਗ ਨਹੀਂ ਪੂਰੀ ਹੋਤੀ ਤੋ ਕਿਆ ਰੋਸ? ਅਗਰ ਹਮ ਯਹਾਂ ਪਰ ਬੈਠੇਂਗੇ ਜੀ, ਉਹ ਜੋ JBC ਵਹਾਂ ਚਲਾਣੇ ਕੇ ਵੀ ਹਮ ਪਰ ਚਲਾਏ, ਜੋ ਕਰਨਾ ਕਰੇ, ਭੁੱਖੇ ਮਰਨੇ ਚਲਾ ਤੋ ਐਸੇ ਮਰੇ ਅੱਛਾ ਨਾ, ਫਿਰ ਜੋ ਕਰੇਂਗੇ ਤੇ ਕਰੇਂਗੇ, ਫਿਰ ਦੇਖਾਂਗੇ। ਮਹਾਰਾਜ ਰਜੀਵ ਕੁਮਾਰ ਜੀ, ਆਪਣਾ ਕਾਹਦਾ ਕੰਮ ਹੈ? ਮੇਰਾ ਕੱਪੜੇ ਦਾ ਕੰਮ ਹੈ ਜੀ, ਦੁਕਾਨ ਹੈ ਖੁੱਖ ਸਿਵਲ ਹੋਸਪਿਟਲ ਦੇ ਅੱਗੇ। ਅੱਜ ਤੁਹਾਡੀ ਤੁਸੀਂ ਮਾਰਕੀਟ ਬੰਦ ਕੀਤੀ ਹੈਗੀ? ਹਾਂਜੀ। ਇਹਦਾ ਕੀ ਕਾਰਨ? ਇਹਦਾ ਕਾਰਨ ਇਹੀ ਹੈ ਜੀ ਕਿ ਪਿੱਛੇ 3-4 ਮਹੀਨਿਆਂ ਤੋਂ ਗੱਲ ਚੱਲ ਰਹੀ ਹੈ, ਖਬਰਾਂ ਆ ਰਹੀਆਂ ਕਿ ਖੋਖੇ ਚੱਕੇ ਜਾਣੇ, ਠੀਕ ਹੈ ਜੀ, ਔਰ ਸਾਨੂੰ ਪੂਰੇ ਵਿਸ਼ਵਾਸ ਦੇ ਵਿੱਚ ਲਿਆ ਗਿਆ ਕਿ ਤੁਹਾਨੂੰ ਦੁਕਾਨਾਂ ਦਿੱਤੀਆਂ ਜਾਣਗੀਆਂ ਪੱਕੀਆਂ ਮੰਡੀ ਦੇ ਵਿੱਚ। ਕਿੰਨਾ ਨੇ ਕਿਹਾ ਸੀਗਾ? ਅਕਸ਼ਰ ਜੈਨ ਸਾਹਿਬ ਨੇ ਕਿਹਾ ਸੀਗਾ, ਕਿਉਂਕਿ ਜਦੋਂ ਵੀ ਇੱਦਾਂ ਦੀ ਕੋਈ ਗੱਲ ਹੁੰਦੀ ਸੀ ਅਸੀਂ ਤਾਂ ਅਕਸ਼ਰ ਜੈਨ ਸਾਹਿਬ ਨੂੰ ਮਿਲਦੇ ਸੀਗੇ ਔਰ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ, ਵਿਸ਼ਵਾਸ ਦੇ ਵਿੱਚ ਲਿਆ, ਕਹਿੰਦੇ ਦੁਕਾਨਾਂ ਤੁਹਾਨੂੰ ਕਾਹਦੀ ਟੈਨਸ਼ਨ ਹੈ, ਤੁਸੀਂ ਕਾਹਤੋਂ ਫਿਕਰ ਕਰਦੇ ਹਾਂ, ਅਸੀਂ ਕੋਈ ਫਿਕਰ ਨਹੀਂ ਕੀਤਾ, ਕੋਈ ਟੈਨਸ਼ਨ ਨਹੀਂ ਲਈ, ਇਹਦੇ ਉੱਪਰ ਸਾਨੂੰ ਕੋਈ ਪਾਵਰ ਨਹੀਂ ਲੱਗਦੀ। ਸ਼ਹਿਰ ਦੇ ਮੇਅਰ ਸਾਹਿਬ ਅਕਸ਼ਰ ਜੈਨ ਜੀ, ਜੈਨ ਸਾਹਿਬ, ਅਸੀਂ ਕਿਹਾ ਵੀ ਇਹ ਜੇ ਕਹਿ ਰਹੇ ਹਾਂ ਤਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਣਗੀਆਂ ਔਰ ਸਾਨੂੰ ਸਰਕਾਰਾਂ 'ਤੇ ਵੀ ਪੂਰਾ ਵਿਸ਼ਵਾਸ ਹੈ। ਅੱਜ ਕੀ ਹੋਇਆ? ਔਰ ਅੱਜ ਅਨਾਊਂਸਮੈਂਟ ਹੋ ਗਈ ਕਿ ਕੱਲ੍ਹ ਸ਼ਾਮ ਤੱਕ ਤੁਸੀਂ ਆਪਣਾ ਸਾਰਾ ਸਮਾਨ ਚੱਕ ਲਓ, ਜੇ ਨਾ ਚੱਕਿਆ ਤਾਂ ਜਿੰਨਾ ਵੀ ਇੱਥੇ ਸਾਡਾ ਖਰਚਾ ਹੋਊਗਾ ਉਹ ਵੀ ਤੁਹਾਨੂੰ ਦੇਣਾ ਪਊਗਾ ਔਰ ਤੁਹਾਡਾ ਸਾਰਾ ਖੋਖੇ ਵਗੈਰਾ ਚੱਕੇ ਜਾਣਗੇ ਅੱਜ। ਔਰ ਅੱਜ ਸਾਨੂੰ ਅਕਸ਼ਰ ਜੈਨ ਅਤੇ ਅਸੀਂ ਹਜੇ ਸਾਡੇ ਮਤਲਬ ਕਿ ਮੇਨ ਜਿਹੜੇ ਕਮੇਟੀ ਦੇ ਮੈਂਬਰ ਹੈ ਉਹ ਸ਼ਾਇਦ ਮਿਲਣਗੇ ਜਾਂ ਮਿਲੇ ਆ, ਪਰ ਆਵਾਜ਼ਾਂ ਇਹ ਆ ਰਹੀਆਂ ਕਿ ਉਹਨਾਂ ਨੇ ਵੀ ਹੱਥ ਖੜੇ ਕਰਤੇ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV।